ਬੜਾ ਸੋਹਣਾ ਕਮਰਾ, ਅੰਦਰੋਂ ਤਾਂ ਯਾਰ ਬਾਹਰੇ ਤੋਂ ਵੀ ਲਈ ਬੈਠੀ ਸੀ, ਕਦੇ ਬਿਠਾ ਲਿਆ ਕਰ ਰਹੀ ਸੀ, ਜਿਵੇਂ ਗਰਮੀ ਮਾਰਦੀ ਰਹੀ ਆ ਪਹਿਲਾਂ। ਬਹਿ ਜਾਓ, ਹੁਣ ਬਹਿ ਜਾਓ ਫਿਰ, ਹੁਣ ਤਾਂ ਬਹਿ। ਪਹਿਲਾਂ ਜਾਣ ਪਛਾਣ ਹੀ ਨਹੀਂ ਸੀ ਕਿ ਹੁਣ ਸਿੱਧੇ ਕਿਵੇਂ ਏਸੀ ਵਾਲੇ ਰੂਮ 'ਚ ਵੜ ਕੇ ਬਿਠਾ ਲਾਂ। ਹੁਣ ਜਾਣ ਪਛਾਣ ਹੋ ਗਈ ਤੇ ਹੋਰ, ਹੁਣ ਜਾਣ ਪਛਾਣ ਹੋ ਗਈ। ਚੱਲ ਵਧੀਆ, ਹੋਰ ਦੱਸ ਕਿਵੇਂ ਜੀ ਤੇਰਾ ਪ੍ਰਾਹੁਣਾ? ਮੈਨੂੰ ਛੱਕ ਜਿਹਾ ਪੈਂਦਾ ਹੈਗਾ, ਹੈਂ ਛੱਕ ਜਿਹਾ ਪੈਂਦਾ, ਹੋਰ ਯਕੀਨ ਨਹੀਂ ਹੈਗਾ। ਪਰ ਕਾਹਦਾ ਯਕੀਨ ਆ ਵੀ ਕਿਵੇਂ ਦਾ? ਉਹ ਕਾਹਦਾ, ਉਹ ਤਾਂ ਹੁਣ ਦਿਸ ਹੀ ਰਿਹਾ ਹੈਗਾ। ਤੇ ਦਿਸ ਹੀ ਰਿਹਾ ਹੈਗਾ, ਤੈਨੂੰ ਪੁੱਛਣ ਦੀ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ। ਫੇਰ ਤੇ ਕਿਤੇ ਹੋਰ ਸੈਟਿੰਗ ਆ ਤੇਰੀ, ਉਹਦੇ ਨਾਲ ਤਾਂ ਬਣਦੀ ਲੱਗਦੀ ਨਹੀਂ ਮੈਨੂੰ। ਦੇਖ ਭੋਲੀ ਜੀ ਤਾਂ ਬਣੀ ਨਾ ਕਿਹਦੇ ਨਾਲ? ਉਹ ਤੇਰੇ ਘਰ ਵਾਲਿਆਂ ਨਾਲ ਤਾਂ ਤੇਰੀ ਬਣਦੀ ਨਹੀਂ ਹੈਗੀ ਇੰਨੀ। ਬਸ ਫਿਰ ਜੇ ਤੈਨੂੰ ਪਤਾ ਹੀ ਆ, ਲੱਗਦਾ ਗਾ ਵੀ ਉਹਦੇ ਨਾਲ ਮੇਰੀ ਬਣਦੀ ਹੋਊਗੀ। ਹਾਂ ਪਰ ਹੋਰ ਕਿਤੇ ਬਣਦੀ ਹੋਊ, ਦਿਨ ਕੱਟੀਆਂ ਕਰ ਰਹੀ ਆ ਨਾ ਹੀ ਕਿਤੇ ਹੋਰ ਬਣਦੀ ਆ। ਮਿਲੇ ਨੀ ਕੋਈ ਏਦਾਂ ਵੀ ਕਿਤੇ ਹੋਰ ਬਣ ਜੂ? ਆ ਗੱਲ ਤੇ ਉਹ ਤਾਂ ਮੈਨੂੰ ਬਾਹਰ ਨਹੀਂ ਸੱਜਰਾ ਹੋਣ ਦਿੰਦਾ ਹੈਗਾ, ਉਹ ਤਾਂ ਅੰਦਰੋਂ ਅੰਦਰੀ ਹੋ ਜਾਂਦਾ। ਅੰਦਰੋਂ ਅੰਦਰੀ ਅੱਜ ਤੱਕ ਕੋਈ ਆਏ ਨੀ, ਆਉਣ ਦਿੰਦਾ ਕਿਸੇ ਨੂੰ? ਹਾਰ ਸ਼ਿੰਗਾਰ ਤੇ ਕਿਹਦੀ ਵਾਸਤੇ ਲਾ ਕੇ ਰੱਖਦੀ ਆ? ਵੈਸੇ ਲਾ ਲਈਆਂ ਮੈਂ, ਕੋਈ ਆ ਜਾਂਦਾ ਹੁੰਦਾ ਪਸੰਦ ਕਰ ਲੈਂਦਾ। ਅੱਛਾ, ਪਰ ਉਹ ਆ ਹੀ ਗਿਆ ਬੰਦਾ, ਤੇ ਕਬੂਤਰ ਭਾਲਦੀ ਫਿਰਦੀ ਆ। ਕੀ ਮਤਲਬ ਅੱਜ ਦਾ? ਕਿਉਂ ਐਡਾ ਭੋਲਾ ਤਾਂ ਨਾ ਹੀ ਬਣ। ਕਿਉਂ ਲੈ ਭੋਲੀ ਨੂੰ ਕੀ ਆ? ਮੈਨੂੰ ਸਮਝ ਨਹੀਂ ਲੱਗੀ ਤੇਰੀ ਗੱਲ ਦੀ। ਅੱਛਾ, ਹਜੇ ਤੱਕ ਤੈਨੂੰ ਸਮਝ ਹੀ ਨਹੀਂ ਲੱਗੀ? ਬੈੱਡ ਵਾਲੇ ਰੂਮ ਤੱਕ ਮੇਰੇ ਪਹੁੰਚ ਗਿਆ, ਘਰ ਵਾਲਾ ਮੇਰਾ ਬਾਹਰ ਪਿਆ, ਬੈੱਡਾਂ ਤੇ ਮੇਰੇ ਬਰਾਬਰ ਬੈਠਾ, ਹਜੇ ਤੱਕ ਤੈਨੂੰ ਸਮਝ ਨਹੀਂ ਲੱਗੀ? ਕਈ ਵਾਰ ਬਿਠਾ ਕੇ ਦੁੱਧ ਦੱਧ ਪਿਆਉਣਾ ਹੁੰਦਾ ਹੈਗਾ। ਦੁੱਧ ਕਿਹਨੂੰ ਪਿਆਉਂਦੇ ਹੁੰਦੇ ਆ? ਤੁਰੇ ਜਾਂਦੇ ਬਾਹਰ ਵਾਲਿਆਂ ਨੂੰ ਤਾਂ ਕਿਸੇ ਨੂੰ ਦੁੱਧ ਪਿਆ ਨਹੀਂ ਦਿੰਦਾ। ਪਰ ਹੋਰ ਕਿਹਨੂੰ ਪਿਆਉਂਦੇ ਹੁੰਦੇ ਆ ਮੈਨੂੰ ਦੱਸ ਦੇ। ਜਦੋਂ ਤੈਨੂੰ ਅਸੀਂ ਕਹਿਤਾ ਸਿੱਧਾ ਸਿੱਧਾ ਅੱਖੀਆਂ 'ਚ ਪਿਆਉਣ ਨੂੰ ਤਿਆਰ ਹੈ, ਤੇ ਫਿਰ ਹੋਰ ਕੀ ਭਾਲਦਾ? ਅੱਛਾ ਅੱਛਾ, ਹੁਣ ਲੱਗੀ ਆ ਸਮਝ, ਫਿਰ ਤਾਂ ਵਧੀਆ। ਫਿਰ ਦੱਸ ਹੁਣ ਤੇਰਾ ਕੀ ਖਿਆਲ ਆ? ਮੇਰੇ ਤਾਂ ਖਿਆਲ ਬਸ ਤੈਨੂੰ ਪਤਾ ਹੈ, ਐਵੇਂ ਨਹੀਂ ਦੁੱਧ ਦੇ ਪੈਸੇ ਮੁੜ ਕੇ ਗਿਆ ਸੀ, ਦੇਖ ਲਈ ਸੀ ਤੇਰੀ ਨਜ਼ਰ, ਮੈਂ ਪੜ੍ਹ ਲਈ ਸੀ। ਅੱਛਾ, ਤੈਨੂੰ ਬੜੀਆਂ ਨਜ਼ਰਾਂ ਪੜ੍ਹਨੀਆਂ ਆਉਂਦੀਆਂ ਨੇ, ਕਿੰਨੀਆਂ ਕੁ ਪੜ੍ਹ ਲਈਆਂ ਇਦੋਂ ਪਹਿਲਾਂ? ਇਦੋਂ ਪਹਿਲਾਂ ਚੱਕ ਹੀ ਨਹੀਂ ਸੀ ਕਿਸੇ ਕਹਿੰਦੀ, ਪੜ੍ਹੀਆਂ ਹੀ ਨਹੀਂ ਸੀਗੀਆਂ। ਅੱਛਾ, ਖੇ ਜਿਹਨੂੰ ਵਿਆਹੀ ਸੀ ਇਹਦੀਆਂ ਪੜ੍ਹੀਆਂ ਖੇਜਦੀਆਂ, ਫਿਰ ਤਾਂ ਜੱਚ ਕੇ ਹੈ। ਫਿਰ ਹੀ ਕਾਰਡ ਤੇ ਨੰਬਰ ਦੇਖ ਕੇ ਮੋਬਾਈਲ 'ਚ ਸੇਵ ਕਰਿਆ ਤੇਰਾ। ਅੱਛਾ, ਐਵੇਂ ਨਹੀਂ ਤੈਨੂੰ ਫੋਨ ਕਰਕੇ ਸੱਦਿਆ ਸੀ? ਹੁਣ ਫਿਰ ਗੱਲਾਂ ਕਰੀ ਜਾਏਂਗੀ? ਦੱਸੋ ਹੁਕਮ ਕਰੋ ਕੀ ਚਾਹੀਦਾ। ਜਰਾ ਸੇਵਾ ਕਰ ਫਿਰ। ਸੇਵਾ ਵੀ ਕਰ ਦਿੰਦੇ ਆ? ਕਰਦੇ ਫਿਰ, ਹੋਰ ਕੀ ਭਾਲਦੇ ਜੇ ਸੇਵਾ ਹੀ ਕਰਦੇ। ਅੱਛਾ, ਇੰਨਾ ਬੇਸਬਰਾ ਹੋਈ ਜਾਂਦਾ ਹੁਣ? ਹੁਣ ਹੀ ਹੈਗਾ, ਹੁਣ ਜਦੋਂ ਸਾਬਰ ਹੀ ਟੁੱਟ ਗਿਆ। ਟੁੱਟ ਗਿਆ ਸਰ, ਇਹੋ ਜਿਹੇ ਕੰਮਾਂ 'ਚ ਸਾਬਰ ਕਰਦਾ? ਅੱਛਾ, ਫਿਰ ਤੂੰ ਐਂ ਤਾਂ ਦੱਸ ਵੀ ਤੇਰੀ ਪਹਿਲਾਂ ਕਿਸੇ ਨਾਲ ਹੈਗੀ ਗੱਲਬਾਤ? ਹੈਗੀ ਸੀਗੀ, ਟੁੱਟ ਗਈ। ਕਿਉਂ, ਕੀ ਹੋ ਗਿਆ? ਲੈ ਮਸਾਂ ਟਾਂਕਾ ਲਾਇਆ ਸੀ, ਅਗਲੀ ਨੇ ਜੋੜ ਤੋੜਤਾ, ਜੋੜ ਹੋਰ ਕਿਤੇ ਲਾ ਲਿਆ, ਆਪਾਂ ਚਾਬੀਆਂ ਪਾਉਂਦੇ ਹੱਥ 'ਚ ਲੈ ਕੇ ਧਰ ਕੇ। ਇਹੋ ਜਿਹਾ ਤੇਰਾ ਟਾਂਕਾ ਸੀਗਾ ਲਾਇਆ ਹੋਇਆ ਜਿਹੜਾ ਐਂ ਤੋੜਤਾ? ਅੱਜ ਕੱਲ੍ਹ ਤਾਂ ਐਂ ਟੁੱਟ ਜਾਂਦਾ ਹੈਗਾ, ਹੁਣ ਤੇਰੇ ਘਰ ਵਾਲਾ ਬਹਿ ਕੇ ਲਿਆਇਆ ਹੈਗਾ, ਹੁਣ ਤੇਰੇ ਘਰ ਵਾਲਾ ਗਰੰਟੀ ਨਹੀਂ ਮਿਲਿਆ ਤੇਰਾ। ਟਾਂਕਾ ਪੱਕਾ ਲਾਇਆ ਕਰਨਾ? ਲਾਉਂਦਾ ਤਾਂ ਪੱਕੀ ਹੁੰਦਾ ਗਾ, ਅਗਲੀ ਤੋੜਦਾ ਦੀ ਆ, ਇੱਥੇ ਅੱਜ ਕੱਲ੍ਹ ਪੱਕੇ ਕੱਚੇ ਕੌਣ ਦੇਖਦਾ ਹੈਗਾ? ਇੱਥੇ ਲਾ ਕੇ ਦੇਖ ਪੱਕਾ, ਜੇ ਟੁੱਟ ਗਿਆ ਤਾਂ ਕਹਿਦੀ ਜਾਨ ਵਗ ਜੂ, ਪਰ ਟਾਂਕਾ ਨਹੀਂ ਟੁੱਟਦਾ। ਅੱਛਾ, ਦਾਦਾ ਨੇ ਕਿੱਡੀ ਖਾਸ ਗੱਲ ਲਾ ਕੇ ਦੇਖ ਫਿਰ ਟਾਂਕਾ। ਕੋਈ ਗੱਲ ਨਹੀਂ, ਕਾਲਾ ਹੀ ਪਰ ਕਾਫੀ ਅਦੇ ਦਿੱਤਾ ਕਰ ਲਿਆ, ਮੌਸੇ ਨਾਲ ਹੀ ਲੱਗੂ ਟਾਂਕਾ ਤਾਂ। ਅੱਛਾ, ਏਸੀ ਹੇਠਾਂ ਬਹਿ ਕੇ ਕਾਬਲਿਆ ਦਿੱਤਾ ਕਰਨ ਕਿਤੇ ਹੋਰ ਜਾਏਗਾ? ਨਾ ਨਾ, ਇੱਥੇ ਹੀ ਕਰੂੰਗਾ, ਬੱਪਲਾ ਅੱਗੇ ਜਿਹਾ ਪਾ ਲਾ ਮੈਂ। ਕਰੋ ਤਿਆਰੀ ਫਿਰ, ਲਿਆਵਾਂ ਖਾਣ ਪੀਣ ਨੂੰ ਕੁਛ? ਹਾਂ, ਖਾਣ ਪੀਣ ਨੂੰ ਲਿਆ। ਲਿਆ ਪੈਗ ਵਾਲਾ ਲਿਆਵਾਂ ਜਾਂ ਮਿੱਠੇ ਵਾਲਾ? ਕੋਈ ਮਰਜ਼ੀ ਲਿਆ, ਕੋਈ ਚੱਕਰ ਹੀ ਨਹੀਂ ਹੈਗਾ।
ਚਲ ਤੁਸੀਂ ਕਰੋ ਤਿਆਰੀ, ਫਿਰ ਮੈਂ ਆ ਗਈ। ਠੀਕ ਹੈ, ਕਾਲੀ ਤਾਂ ਨੀ ਘਰੇ ਜਾਣਦੀ? ਮੈਂ ਦਬਾ ਮੈਂ ਇੱਥੇ ਰੱਖਦਾ, ਮੇਰੇ ਕਿਹੜਾ ਜਵਾਬ ਉਡੀਕਦੇ ਆ। ਰਾਤ ਤਾਂ ਹੋ ਚੱਲੀ, ਰਾਤ ਨੂੰ ਕੀ ਇੱਥੇ ਰਾਤ ਬਣਾਵਾ ਇਹ? ਫਿਰ ਮੈਂ ਆਈ ਕਹਿੰਦੀ ਆ। ਬਸ ਫਿਰ ਤੇਰੇ ਘਰ ਵਾਲਾ ਕਿਹੜਾ ਜਾਣਦਾ, ਉਹ ਤਾਂ ਸਵੇਰੇ 4 ਵਜੇ ਉੱਠੂਗਾ ਹੁਣ। ਬਸ ਠੀਕ ਹੈ, ਮੈਨੂੰ ਪਤਾ ਉਹਦਾ। ਚੱਲ ਚੰਗਾ, ਚੱਲ ਕਰ ਤਿਆਰੀ, ਤੂੰ ਆ ਗਈ। ਮੈਂ ਤਿਆਰੀ ਆ, ਮੈਂ ਲੈ ਆਉਂਗੀ। ਫਸ ਗਈ ਬਈ, ਆਪਾਂ ਤਾਂ ਭਾਲਦੀ ਸੀਗੀ ਬਈ ਕੁਛ ਮਿਲ ਜੇ ਮਿਲ ਜੇ, ਆਦਰ ਆਪਣੇ ਚੰਗੀ ਸੋਣੀ, ਹੋਰ ਕੀ ਭਾਲਦੇ ਹਾਂ ਆਪਾਂ। ਹੈਂ, ਚੱਲ ਮਿਹਨਤ ਪੱਲੇ ਪੈ ਜਾਂਦੀ। ਪੈਸੇ ਲੈਣ ਆਇਆ ਸੀ। ਕਿਹੜੇ ਪੈਸੇ? ਉਹ ਮੋਟਰ ਨੀ ਲੋਡ ਕਰਕੇ ਗਏ ਸੀਗੇ, ਉਹ ਤਾਂ ਲੈ ਗਿਆ ਸੀ ਜਿਹੜਾ ਮੋਟਰ ਠੀਕ ਕਰਕੇ ਗਿਆ ਸੀ। ਪ੍ਰਧਾਨ ਨੇ ਭੇਜਿਆ ਮੈਨੂੰ। ਨਾ, ਉਹ ਤਾਂ ਪੈਸੇ ਸੰਗ ਵੱਧ ਲੈ ਗਿਆ ਮੈਨੂੰ। ਕਿਉਂ ਵੱਧ ਕਾਦੇ? ਉਹੀ ਦੇਤੇ ਮੈਂ ਵੱਧ, ਮਹਾ ਚੱਲ ਲੈ ਜਾਓ, ਕਹਿੰਦਾ ਮੈਨੂੰ ਲੋੜ ਹੈ। ਚੰਗਾ ਫਿਰ ਚਾਹ ਦਾ ਪਿਆ ਦੇ, ਪੈਸੇ ਤਾਂ ਲਈ ਗਿਆ। ਤੈਨੂੰ ਕਾਦੇ ਚਾਹ? ਲੈ ਦੇਖ, ਪਲਾਥੀ ਮਾਰ ਕੇ ਬਹਿ ਗਿਆ, ਚੁੱਪ ਕਰਕੇ ਤੁਰ ਜਾ। ਮੇਰੇ ਘਰ ਵਾਲਾ ਆ ਗਿਆ ਨਾ, ਹੁਣ ਮਰਵਾ ਦੂ ਪਲਾਥੀਆਂ। ਉਹ ਕੁਛ ਨਹੀਂ ਕਹਿੰਦਾ, ਚੰਗਾ ਉਹ ਪਾਣੀ ਤਾਂ ਪਿਆ ਦੇਣਾ। ਉੱਥੇ ਬਾਹਰ ਕੈਂਪਰ ਪਿਆ, ਜਾਂਦਾ ਪੀ ਜੀ ਨਹੀਂ, ਇੱਥੇ ਗਵਾਂਢੀਆਂ ਦੇ ਤਾਂ ਜਾਵੇਂਗੇ ਦੋ ਗਾਂ, ਉਹਨਾਂ ਦੀ ਉਹਨਾਂ ਦੇ ਨਹੀਂ, ਅੱਜ ਉਹਨਾਂ ਦੇ ਨਹੀਂ ਆਪਾਂ। ਚੱਲ ਫਿਰ ਕੋਈ ਨਹੀਂ, 10 ਮਿੰਟ ਬਹਿ ਕੇ ਗੱਲ। ਲੈ ਬੜਾ ਢੀਠ ਬੰਦਾ ਵਾ ਤੂੰ। ਲੈ ਯਾਰ, ਢੀਠ ਨੂੰ ਕੀ ਹੋਇਆਗਾ, ਉਹਦੇ ਨਾਲ ਤਾਂ ਬੜੀਆਂ ਹੱਥ ਹੱਥ ਗੱਲਾਂ ਕਰਦੀ ਸੀ ਸਾਡੇ ਵਾਲੇ ਨੇ। ਉਹ ਮੇਰੀ ਮਰਜ਼ੀ, ਮੈਂ ਕਿਹਦੇ ਨਾਲ ਗੱਲਾਂ ਕਰਦੀ? ਉਹਦਾ ਮਹੀਨਾ ਮੈਥੋਂ ਕੱਟ ਗਿਆ ਪੈਸੇ ਨਾਲ, ਕਹਿੰਦਾ ਚੰਗਾ ਉੱਥੋਂ ਲੈ ਕੇ ਨਹੀਂ ਆਉਂਦਾ। ਹਾਂ ਚੰਗਾ, ਮੈਂ ਤੇਰੇ ਮਹੀਨੇ ਫਿਰ ਹੀ ਲਾ ਦਾ। ਮੈਂ ਤਾਂ ਦੂਜੇ ਦਿਨ ਹੀ ਪੈਸੇ ਲੈ ਗਿਆ ਸੀ, ਮੇਰੇ ਕੋਲ ਨੰਬਰ ਹੈਗਾ ਸੀ, ਮੈਂ ਤਾਂ ਫੋਨ ਕਰਕੇ ਬੁਲਾ ਲਿਆ ਸੀ। ਮੈਂ ਕਿਹਾ ਹੁਣ ਤਾਂ ਪੈਸੇ ਪਏ, ਲੈ ਜਾ ਕੇ ਕੱਲਾ ਆ ਗਿਆ। ਤੇ ਜਦੋਂ ਮੋਟਰ ਠੀਕ ਕਰਕੇ ਗਿਆ ਉਦੋਂ ਵੀ ਤਾਂ ਇਕੱਲੇ ਹੀ ਆਇਆ ਸੀ। ਕੋਈ ਨੀ, ਫਿਰ ਅੱਜ ਮੈਂ ਉਹਦਾ ਵੱਡਾ ਲਖਾਣ ਕਰੂੰ, ਦੋ ਤਿੰਨ ਮੋਟਰਾਂ ਜਾਂ ਪੰਜਾਂ ਦੁਕਾਨ ਤੇ ਉਹ ਅੱਗ ਲਾਉਂਗਾ। ਉਹ ਤਾਂ ਦੇਖ ਤੇਰੀ ਮਰਜ਼ੀ ਹੈ, ਤੇਰੀ ਮਰਜ਼ੀ ਸਮਝ ਤੁਸੀਂ। ਉਹਨੂੰ ਆਖਿਆ ਸੀਗਾ ਮੈਂ ਉਧਰ ਜਦੋਂ ਜਾਇਆ ਕਰੇਂਗਾ ਮੈਨੂੰ ਲੈ ਚੱਲਿਆ ਕਰ। ਕਿਉਂ ਇੱਥੇ ਕਿਤੇ ਲੈਣੇ ਸਾਂਝੇ ਇਹਦੇ ਨਾਲ? ਲੈ ਉਦੋਂ ਤਾਂ ਤੁਸੀਂ ਕਹਿੰਦੇ ਸੀ, ਕਹਿੰਦੇ ਕੋਈ ਨੀ ਨੰਗਦੇ ਟੱਪ ਦੇ ਆ ਜਾਇਆ ਕਰੋ, ਹੁਣ ਕਿ ਲੈ ਲੈ ਸਾਂਝੇ ਆ। ਨੰਗਦੇ ਟੱਪ ਦੇ ਮੈਂ ਕਿਹਾ ਸੀ ਵੀ ਪੈਸੇ ਧਾਰ ਕਰੇ ਸੀ ਵੀ ਚੱਲ ਕੋਈ ਨੀ ਨੰਗਦੇ ਟੱਪ ਦੇ ਫੜ ਕੇ ਲੈ ਜਾਓ, ਕੋਈ ਗੱਲ ਨੀ। ਉਹਨੇ ਆਖਿਆ ਸੀ, ਕਹਿੰਦਾ ਉਹਨਾਂ ਦੇ ਪੈਸੇ ਫੜ ਕੇ ਲਿਆਉਣੇ, ਮੈਂ ਚੱਲ ਮੈਂ ਹੀ ਜਾਣਾਗਾ। ਮੈਂ ਰਿਸ਼ਤੇਦਾਰੀ ਵਾਲੀ ਕੀ ਗੱਲ ਆ, ਤੂੰ ਉਹੀ ਖਾਣ ਨੂੰ ਪੈਣੀ ਆ। ਬਸ ਤੂੰ ਚੁੱਪ ਕਰਕੇ ਤੁਰ ਜਾ, ਆਈ ਨੀ ਪਤਾ ਜੇ ਆ ਗਿਆ ਇੱਥੇ ਨਾ ਮੇਰੇ ਘਰ ਵਾਲਾ, ਤੇਰੀ ਹੁਣ ਕਢਾ ਦੂ ਰਿਸ਼ਤੇ। ਲੈ ਉਹ ਕੁਛ ਨੀ ਕਹਿੰਦਾ ਸੀ, ਦੇਖਿਆ ਸਾਡੀ ਦੁਕਾਨ ਤੇ ਆਉਂਦਾ ਹੁੰਦਾ, ਬੜਾ ਨਰਮ ਬੰਦਾ। ਮੈਂ ਕਿਹੜਾ ਨਰਮਾ, ਰਹਿਣ ਦੇ, ਉਹ ਸ਼ੱਕੀ ਟਾਈਪ ਦਾ ਹੈਗਾ। ਕੋਈ ਗੋਲ ਆਈ ਆ ਤੈਨੂੰ ਗੋਲ ਮਾਰਨਾ ਨਾ, ਘੋਟੇ ਨਾਲ ਕਿੱਥੇ। ਲੈ ਲੈ ਐ ਘੁੱਟ ਕੇ ਕਿੱਧਰ ਜਾਊਗਾ ਫਿਰ? ਚੰਗਾ ਬਹਿ ਜਾ, ਤਾਰ ਮਚਾ ਰਹਿਗੇ ਸੀ। ਪੈਸੇ ਲੈਣ ਆਏ ਸੀ, ਪੈਸੇ ਲੈਣ ਆਏ ਸੀ ਘਬਰਾ ਨਾ, ਤੜਕੇ ਦਾ ਮੈਂ ਸਨਮਾ ਕੇ ਗਿਆ। ਮੋਟਰ ਆਲੀ ਆਈ ਆਖਣੇ ਵੀ ਮੋਟਰ ਖਰਾਬ ਹੋਈ ਸੀਗੀ ਨਾ, ਉਹ ਦੇਖ ਕੇ ਤੇ ਤੂੰ ਸਿੱਧਾ ਫਿਰ ਐ ਦੱਸ ਵੀ ਪਹਿਲਾਂ ਨਹੀਂ। ਉਹਦੇ ਤਾਂ ਜੋੜ ਜਾ ਮੱਚ ਗਏ ਝੜਦਾ ਕਰਕੇ, ਉਹ ਲਾ ਕੇ ਗਿਆ ਨਾ ਤੂੰ ਹੀ ਨਹੀਂ। ਤੂੰ ਐ ਕਰ ਬਈ, ਫੇਰ ਲੈ ਜੀ ਪੈਸੇ। ਚੰਗਾ ਤੇ ਤੂੰ ਬਗ ਜਾ, ਕੋਈ ਗੱਲ ਨਹੀਂ, ਇਹਨੂੰ ਤਾਂ ਮੈਂ ਆਪੇ ਸੰਭਾਲ ਲੂੰਗੀ।
ਨਾ ਜੇ ਹੋਆ ਤਾਂ ਮੈਂ ਕਹਿ ਜਾਣਾ ਐ ਕੀ ਹੋਆ। ਨਹੀਂ ਨਹੀਂ ਆਏ ਥੋੜੀ ਲੱਗਦਾ ਐ ਤਾਂ ਤੇਰਾ ਚੰਗਾ ਗਾ ਇਹ ਆਏ ਲੜਨ ਨੂੰ ਦਿਮਾਗ ਖਾ ਲਿਆ ਵਾ। ਚੱਲ ਕੋਈ ਨਹੀਂ ਹੋਰ ਕੰਮ ਧੰਦੇ ਆਉਂਦੇ ਹੋਗੇ ਤੁਸੀਂ ਕਿਹੜਾ ਕੰਮ ਹੀ ਆਉਂਦੇ ਤੇਰੇ ਹੱਥ ਦੋਈ ਕਦੇ ਨਿਤ ਨਵਾਂ ਆਇਆ ਰਹਿੰਦਾ ਤੇ ਫੇਰ ਕੀ ਹੋ ਗਿਆ ਉਹ ਤਾਂ ਮੋਟਰਾਂ ਵਾਲਾ ਭਾਈ ਸੀ। ਮੈਂ ਕਿਹਾ ਤੇਰੀ ਮੋਟਰ ਮੈਨੂੰ ਡੋਟਣਾ ਸਮਾਰ ਕੇ ਕਰਨੀ ਪੈ ਜੇ। ਕਿਉਂ ਤੇਰਾ ਦਿਮਾਗ ਖਰਾਬ ਹੋਇਆ? ਹਜੇ ਮੇਰਾ ਦਿਮਾਗ ਖਰਾਬ ਹੋਇਆ ਤੇ ਹੋਰ ਕੀ ਹੈ ਜੋ ਤੈਨੂੰ ਕਹੀ ਜਾਂਦੀ ਆ। ਤੈਨੂੰ ਮੈਂ ਕਿਹਾ ਤਾਂ ਆਇਆ ਵੀ ਇਹ ਤਾਂ ਮੋਟਰਾਂ ਵਾਲਾ ਭਾਈ ਆ, ਆਇਆ ਤਾਂ ਉਹ ਪੈਸੇ ਲੈਣੇ ਸੀ, ਪਹਿਲਾਂ ਵਾਲੇ ਪੈਸੇ ਰਹਿੰਦੇ ਨਹੀਂ ਹੈਗੇ, ਮੋਟਰ ਤਾਂ ਉਹ ਦੂਜਾ ਭਾਈ ਲੋਟ ਕਰਕੇ ਗਿਆ ਸੀ। ਤੂੰ ਪਹਿਲਾਂ ਕਹਿੰਦੀ ਕਿ ਮੈਂ ਮੋਟਰ ਖਰਾਬ ਲੋਟ ਕਰੀ ਆ, ਫੇਰ ਕਿ ਇਹ ਤਾਂ ਪਹਿਲਾਂ ਵਾਲੇ ਰਹਿੰਦੇ। ਮੈਂ ਐਂ ਨਹੀਂ ਕਿਹਾ ਸੀ ਮੋਟਰ ਖਰਾਬ ਹੋਈ, ਉਹ ਤਾਂ ਮਾੜਾ ਜੋੜ ਮੱਚਿਆ ਹੋਇਆ ਸੀ, ਲਾ ਤਾਂ ਮੈਂ ਉਹ ਆਪ ਹੀ ਲੈਂਦੀ, ਮੈਂ ਪਾਸ ਚੱਕ ਕੇ ਜਾਂਦੀ ਹੋਈ ਸੀ, ਇੰਨੇ ਇਹ ਆ ਗਿਆ, ਕਹਿੰਦਾ ਫਿਰ ਕਰੰਟ ਲਵਾ ਲੈਂਗੀ ਗਿੱਲਾ ਥਾਂ ਗਾ, ਚੱਲ ਮੈਂ ਲਾ ਦਿੰਦਾ ਗਾ। ਮੈਂ ਕਿਹਾ ਚੱਲ ਜੋੜ ਲਾ ਦੇ, ਮੈਂ ਇੰਨੇ ਨਾਲ ਫਿਰ ਬਿਠਾ ਲਿਆ। ਮੈਂ ਕਿਹਾ ਚੱਲ ਰਹਿ ਜਾ, ਉਹ ਪਹਿਲਾਂ ਨਾ ਦੂਜਾ ਆਉਂਦਾ ਸੀਗਾ ਤੇਰੇ ਤੇ ਹੋਰ ਮਸਾਂ ਤਾਂ ਉਹ ਹਟਾਇਆ ਪਹਿਲਾਂ ਉਹ ਕੀਪੂ ਕਹਿੰਦਾ ਨੀ ਮੋਟਰ ਖਰਾਬ ਹੋ ਗਈ, ਮੋਟਰ ਖਰਾਬ ਹੋ ਗਈ, ਰੋਜ਼ ਹੀ ਮੋਟਰ ਖਰਾਬ ਹੁੰਦੀ। ਫੇਰ ਕੀ ਹੋ ਗਿਆ? ਨਿਤ ਨਵਾਂ ਆਉਂਦਾ। ਹਾਏ ਹਾਏ ਮੈਨੂੰ ਲੱਗਦਾ ਤੇਰੇ ਕਿਉਂ ਅਕਲ ਚ ਪੜਦਾ ਪਿਆ ਗਾ, ਕਿਉਂ ਤੇਰਾ ਦਿਮਾਗ ਖਰਾਬ ਹੋਇਆ। ਆ ਤੇਰੇ ਦਿਮਾਗ ਚ ਨਾ ਜਿਹੜਾ ਪੁੱਠਾ ਭੇਜਾ ਫਿੱਟ ਹੋ ਗਿਆ ਨਾ, ਇਹਨੂੰ ਸਿੱਧਾ ਕਰਵਾ ਲਾ ਨਾ। ਤੈਨੂੰ ਮੈਂ ਇਹੋ ਜਿਹੀ ਲੱਗਦੀ ਆ ਜਿਹੜਾ ਤੂੰ ਮੇਰੇ ਤੇ ਇਲਜ਼ਾਮ ਲਾ ਰਿਹਾ? ਮੇਰਾ ਨੀ ਗਿਆ, ਤੇਰਾ ਹੋਇਆ, ਤੈਨੂੰ ਕਰਨਾ ਹੋਰ ਲੋਟ। ਮਤ ਤਾਂ ਤੇਰੀ ਮਾਰੀ ਹੋਈ ਆ। ਮੇਰੀ ਨੀ ਮਾਰੀ, ਤੈ ਮਾਰ ਕੇ ਅੱਧੀ ਬੇ ਸੱਜਰਿਆ। ਮੈਂ ਕਹਾਂਗਾ ਨਾ ਤੇਰੀ ਮੱਤ ਮਾਰਤੀ, ਮੱਤ ਤਾਂ ਤੂੰ ਮੇਰੀ ਮਾਰੀ ਜਾਨਾ ਗਾ। ਮੇਰਾ ਲੱਗਿਆ ਹੋਇਆ ਨਾ ਜਦ ਤੇਰਾ ਪਊਗਾ ਲੱਤਾਂ ਉਹਦੇ ਤੋੜਗਾ ਉਹਦੇ ਬਦਲ ਉਹਦੇ ਨੂੰ ਬੇ। ਮੈਂ ਕਿਹੜਾ ਨਿਕਲੀ ਜਾਨੀ ਹੈਗੀ, ਫਿਰ ਮੈਂ ਤਾਂ ਸੱਚੀਆਂ ਸੁਣ ਲੇਗਾ, ਚੱਜ ਦਾ ਹਾਲ ਦਾ ਆਪ ਨਹੀਂ ਹੈਗਾ। ਬਾੜ ਟੱਪਕੇ ਦੇਗਾ ਨਾ, ਜੇ ਤੇਰੇ ਚ ਕਣ ਕੰਡਾ ਹੋਵੇ ਫਿਰ ਲੋੜ ਹੀ ਨਾ ਪਵੇ ਮੈਨੂੰ ਬੋਲਣ ਦੀ, ਚੁੱਪ ਕਰਕੇ ਬਹਿ ਜਾ ਤੂੰ ਤਾਂ। ਕਣ ਕੰਡਾ ਸਾਰਾ ਕੁਝ ਆਏਗਾ, ਕਣ ਕੰਡਾ ਕਿਉਂ ਬੜਾ ਬਹਾਦਰੀ ਦਾ ਕੰਮ ਹੈਗਾ, ਤੀਵੀ ਦੇ ਹੱਥ ਚੱਕ ਕੇ ਲੱਤਾਂ ਤੋੜ ਕੇ ਬਹੁਤ ਵੱਡਾ ਕੰਮ ਕਰ ਦੇਗਾ ਨਾ। ਟਰੋਫੀਆਂ ਮਿਲਣਗੀਆਂ ਤੈਨੂੰ ਚੰਗਾ, ਫਿਰ ਲੱਤਾਂ ਤੋੜ ਦੇਗਾ। ਜੇ ਨਾ ਲੋਟ ਆਵੇ ਫਿਰ ਤਾਂ ਲੱਤਾਂ ਹੀ ਤੋੜਨੀਆਂ ਪੈਂਦੀਆਂ ਨੇ, ਫਿਰ ਲੋਟ ਆਉਂਦੀ, ਫਿਰ ਗੱਲ ਉੱਥੇ ਜਾਂਦੀ ਆ। ਨਾ ਲੋਟ ਆਵੇ ਤੂੰ ਬਸ ਰਹਿਣ ਲੱਗੀ ਇੱਥੇ ਚੁੱਪੀ ਕਰ। ਬੇ ਮੈਂ ਤਾਂ ਚੁੱਪ ਹੀ ਆ, ਬੰਨੇ ਤੇਰੇ ਮੂਹਰੇ ਹੱਥ ਸਮਝ ਗਾ ਨਾ। ਤੂੰ ਰੋਜ਼ ਰੋਜ਼ ਮੇਰੇ ਨਾਲ ਝੱਜੂ ਨਾ ਪਾਇਆ ਕਰ, ਨਾ ਪਾਇਆ ਕਰ, ਮਾੜਾ ਮੋਟਾ ਆਪਦਾ ਦਿਮਾਗ ਸੁਧਾਰ ਲਾ, ਆਪ ਬਣ ਜਾ ਚੱਜ ਦਾ। ਮੇਰਾ ਦਿਮਾਗ ਬਹੁਤ ਉਮਰ ਹੋ ਗਈ ਤੇਰੀ, ਸਾਰਾ ਕੁਛ ਮੈਂ ਜਾਣਦਾ, ਬਾਹਰ ਅੰਦਰ ਫਿਰਦਾ, ਮੈਂ ਬਹੁਤ ਸੂਝ ਬੂਝ ਬਾਹਰ ਅੰਦਰ ਫਿਰਦਾ, ਪਰ ਦੁਨੀਆਦਾਰੀ ਦੀ ਸਮਝ ਤੈਨੂੰ 1% ਵੀ ਨਹੀਂ ਹੈਗੀ। ਦੁਨੀਆ ਤਾਂ ਮੈਥੋਂ ਪੁੱਛ ਕੇ ਕੰਮ ਕਰਦੀ ਆ। ਬਸ ਬਹੁਤ ਦੇਖ ਲਿਆ ਤੇਰਾ ਦੁਨੀਆ ਵਾਲਾ, ਬਹਿ ਜਾ ਹੁਣ ਇੱਥੇ, 2 ਮਿੰਟ ਕੀ ਬੈਠਣ ਦਿੰਦਾ ਵਾ ਹਰੇਕ, ਜਿਹੜਾ ਕੋਈ ਆ ਗਿਆ ਇਹ ਵੀ ਮਾੜਾ ਹੋ ਕੇ, ਜਿਹੜਾ ਕੋਈ ਆ ਗਿਆ ਉਹ ਵੀ ਮਾੜਾ ਹੋ ਕੇ, ਤੂੰ ਹੀ ਆ ਗਿਆ ਸੁੱਚਾ ਗੱਲਾ। ਵਧੀਆ ਬਾਈ ਸਾਹਿਬ, ਤੂੰ ਦੱਸ? ਠੀਕ ਹੈ ਵਧੀਆ, ਮੈਂ ਤੇਰੇ ਕੋਲ ਹੀ ਹੋਣਾ। ਮੇਰੇ ਤੇ ਲੱਗਦਾ ਵਾਲਾ ਤੇਰਾ ਭਾਈ,
ਨਾ ਊ ਹੀ ਲੂਤੀਆਂ ਲਾਉਂਦੀ ਆ। ਹਾਂ ਫਿਰ ਮੇਰੇ ਕੋਲ ਹੋਰ ਊ ਆ ਸਾਕਾ ਵੀ ਮੇਰੀ ਖੰਨੀ ਰਾਖੀ ਤੇ ਛੱਡਦਾ। ਅੱਛਾ ਬੈਤ ਆ ਗਿਆ ਚ ਫਿਰ ਕਿਵੇਂ ਜੇ ਆਇਆ ਸੀ ਮੇਰੇ ਕੋਲ ਕਿ ਕੋਈ ਕੰਮ ਤੇਰੇ ਜੇ ਕੋਈ ਮੋਟਰਸ ਮਾਰਨਾ ਨਹੀਂ ਕਿਤੇ ਕੋਈ ਮੋਟਰਸ ਮਾਰਨਾ ਹੈ ਕਹਿੰਦੇ ਵੀ ਮੋਟਰ ਵਾਲਾ ਆ ਵੀ ਮੋਟਰ ਆ ਵੀ ਮੋਟਰ ਇੰਨੀ ਕਿੰਨੀ ਮੋਟਰ ਖਰਾਬ ਹੁੰਦੀਆਂ ਨਾ ਮੈਂ ਤਾਂ ਮੈਂ ਤੈਨੂੰ ਦੱਸਾਂ ਇਹ ਗੱਲ ਮੈਂ ਮੈਨੂੰ ਇਹ ਦਾਲ ਚ ਕਾਲਾ ਲੱਗਦਾ ਕੋਈ ਤੈਨੂੰ ਇਹ ਕਹਿਣੀ ਆਉਂਦਾ ਸੀ ਮੈਂ ਵੀ ਤੂੰ ਪੁੱਛ ਪੜਤਾਲ ਕਰ ਦਾਲ ਚ ਕੁਛ ਕਾਲਾ ਲੱਗਦੀ ਲੱਗਦਾ ਕਿਤੇ ਸਾਰੀ ਨਾ ਕਾਲੀ ਹੋ ਜੇ ਹੁਣਾ ਕਿਤੇ ਭਾਬੀ ਫਿਰ ਤੂੰ ਕਹੇਗਾ ਗੁੱਸਾ ਕਰਦਾ ਗੁੱਸਾ ਕਰੇਗਾ ਗੁੱਸਾ ਨੀ ਮੈਂ ਕਰਦਾ ਮੈਂ ਤੇਰੇ ਕੋਲ ਰਹਿ ਕਰਨਾ ਮੈਂ ਤੈਨੂੰ ਸਹੀ ਦੱਸਦਾ ਤੂੰ ਭੇਤ ਲੈ ਲੈ ਉਹ ਇੱਕ ਮੋਟਾ ਜਿਹਾ ਮੈਂ ਤੁਹਾਡੇ ਸਾਰਾ ਕੁਛ ਦੇਖਿਆ ਹੋਇਆਗਾ ਉਹ ਮੁਕਾ ਦੇ ਉਹ ਆ ਜਾਂਦਾ ਹੈਗਾ ਐਨਕਾਈ ਵਾਲਾ ਮਿਸਤਰੀ ਉਹ ਵੀ ਇੱਕ ਮੋਟਾ ਜਿਹਾ ਆ ਜਾਂਦਾ ਹੈਗਾ ਨਿੱਕਾ ਜੇ ਕਿਹੜਾ ਨਿੱਕਾ ਉਹ ਵੀ ਜਾ ਕੇ ਪੇਚਗਾ ਤੇ ਉਹ ਵੀ ਹੋਚ ਅੜ ਕੇ ਖੜ ਜਾਂਦੇ ਨੇ ਉਹ ਬਹਾਨੇ ਮਾਰਦੇ ਆਉਂਦੇ ਤਾਂ ਮੈਨੂੰ ਲੱਗਦਾ ਭਾਬੀ ਕੋਲ ਹੀ ਆ ਹਾਂ ਨਟ ਜਾਂ ਖੋਲ ਕੇ ਖੜ ਜਾਂਦੇ ਗੁੱਸਾ ਤਾਂ ਕਰੀ ਨਾ ਇਹ ਪਤਾ ਭਾਬੀ ਨਾਲ ਕੋਈ ਸੈਟਿੰਗ ਸ਼ੂਟਿੰਗ ਹੋਵੇ ਉਹਨਾਂ ਦੀ ਤੇ ਕਦਮ ਦੇ ਜਨ ਫਿਰ ਉਹਦੀ ਗੱਲ ਲਾ ਕੇ ਉਹਨੂੰ ਧੱਕਣ ਨੂੰ ਫਿਰ ਤੂੰ ਘਰੇ ਰਿਹਾ ਕਰ ਦਿਨੇ ਭਾਬੀ ਇਕੱਲੇ ਹੁੰਦੀ ਆ ਹੁਣ ਯਾਰ ਤੋਂ ਬਾਹਰ ਘਰੇ ਬੰਦਾ ਹੁਣ ਕਿਵੇਂ ਬੈਠੂ ਹੁਣ ਉਹ ਕਦੋਂ ਮਰਜੀ ਕੋਈ ਮਰਜੀ ਆਈ ਜਾਈ ਆਵੇ ਕਿਵੇਂ ਪਤਾ ਲੱਗੂ ਮੈਂ ਤਾਂ ਹਾਂ ਹੀ ਆਉਂਦਾ ਹੁੰਦਾ ਸੀਗਾ ਮੈਂ ਕਿਹਾ ਚੱਲ ਮੈਂ ਚੱਲ ਭਾਬੀ ਇਕੱਲੀ ਹੁੰਦੀ ਉਹ ਤੇ ਲੂਤੀਆਂ ਲਾਉਂਦੀ ਆ ਵੀ ਉਹ ਐ ਕਹਿੰਦਾ ਮੈਂ ਤੇਰੇ ਮੂੰਹ ਤੇ ਕਿਹਾ ਫਿਰ ਕਿਤੇ ਮੈਨੂੰ ਵੀ ਦੂਰ ਕਰਨ ਨੂੰ ਕਹਿੰਦੀ ਹੋਵੇ ਹਾਂ ਵੀ ਕੱਲ ਘਰੇ ਮੈਂ ਸਮਾਰ ਕੇ ਇਕੱਲੀ ਹੋ ਜਾਂ ਹਾਂ ਵੀ ਉਹ ਹੁਣ ਹਟ ਜੇ ਉਹ ਲੂਤੀ ਤਾਂ ਲਾ ਦਿੰਦੀ ਆ ਮੈਂ ਤਾਂ ਫਿਰ ਮੁੜ ਕੇ ਗਈ ਨੀ ਚਾਰ ਪੰਜ ਦਿਨ ਹੋ ਗਿਆ ਡਰਦਾ ਵੀ ਕੋਈ ਦੱਸਦਾ ਤੇਰੇ ਕੋਲ ਹੀ ਨਹੀਂ ਮੈਂ ਤੈਨੂੰ ਕਹਿਣਾ ਮੈਂ ਆਹੀ ਗੱਲ ਤੈਨੂੰ ਕਹਿਣ ਆਉਂਦਾ ਸੀਗਾ ਬਸ ਇੱਕ ਅੱਜ ਐ ਦੀ ਠੰਡ ਜੀ ਆ ਮਾਂ ਸਾ ਕੋਈ ਰਾਏ ਬਣਾਉਨੇ ਆ ਚਾਰ ਪੱਠਾ ਪੀ ਲਾ ਲਾਂਗੇ ਮਹਿਫਲਾ ਹੱਥ ਨੇ ਮੈਂ ਤੈਨੂੰ ਐ ਕਹਿੰਦਾ ਸੀ ਐਵੇਂ ਕਦੇ ਬਾਜੀ ਮਾਰ ਕੇ ਲੈ ਜੇ ਕੋਈ ਹੋਰ ਤੂੰ ਉਹ ਜੀ ਰਹਿ ਜੇ ਮੈਂ ਤੈਨੂੰ ਆਪ ਹੀ ਦੱਸੀ ਜਾਂਦਾ ਅੱਜ ਕੱਲ ਟਾਈਮ ਮਾੜਾ ਹੈਗਾ ਕਦੋਂ ਕਿਹਦੇ ਨਾਲ ਕੁਛ ਹੋ ਜੇ ਕੱਲੀ ਦਾਲ ਕਾਲੀ ਤੇ ਸਾਰੀ ਨਾ ਕਾਲੀ ਹੋ ਜੇ ਪਿੱਛੋਂ ਤੂੰ ਝਾਕੇਗਾ ਫਿਰ ਤੇ ਝਾਕਾਂਗੀ ਮੈਂ ਤੈਨੂੰ ਨਾ ਹੀ ਰਾਇ ਕਰਨਾ ਆਪਦਾ ਤੂੰ ਘਰ ਤੇ ਮਾੜੀ ਮੋਟੀ ਨਿਗਾਹ ਮਾਰ ਘਰੇ ਇਕੱਲੀ ਛੱਡ ਕੇ ਬਾਗੇ ਜਾਣਾ ਗਾ ਮਗਰ ਕੋਈ ਮਰਜ਼ੀ ਆਈ ਜਾਈ ਜਾਵੇ ਤੈਨੂੰ ਕੀ ਪਤਾ ਲੱਗੂ ਮੇਰੇ ਮਨ ਚ ਹੈਗੀ ਆ ਗੱਲ ਬਸ ਤੂੰ ਆਪਦਾ ਸ਼ੱਕ ਦੂਰ ਕਰ ਲੈ ਕਦੇ ਆਪਾਂ ਵੀ ਕਹੀ ਜਾਂਦੇ ਆ ਵੀ ਚੱਲ ਉਹ ਸਹੀ ਵੀ ਹੋਵੇ ਚੱਲ ਤੂੰ ਆਪਾਂ ਕੁਛ ਨੀ ਕਹਿ ਸਕਦੇ ਕਹਿਣਾ ਤੂੰ ਆਪਦਾ ਸ਼ੱਕ ਕੱਢ ਲਾ ਕੰਧ ਕੁੰਧ ਉੱਤੋਂ ਨੀ ਦੇਖੀ ਹਾਂ ਲੁਕ ਕੇ ਦੇਖ ਲਾ ਪੜਤਾਲ ਕਰ ਲਾ ਤੂੰ ਕਹਿੰਦੇ ਮੈਂ ਤਾਂ ਜਾ ਕੇ ਆਉਣਾ ਕੰਮ ਵੀ ਕਿਹਨੂੰ ਫੋਨ ਕਰਦੀ ਆ ਬਾਕੀ ਸਿਰ ਮੈਂ ਵੀ ਤੈਨੂੰ ਪਤਾ ਕਰਕੇ ਦੱਸੂ ਹਾਂ ਤੂੰ ਵੀ ਵਿੜਕੇ ਰੱਖਿਆ ਉਹ ਉੱਥੇ ਖੜ ਗਿਆ ਖੜ ਗਿਆ ਪਰਿਓ ਰਿਓ ਦੁਕਾਨ ਮੰਨੀ ਜਾ ਖੜਿਆ ਮੈਂ ਤਾਂ ਗੇੜਾ ਮਾਰ ਕੇ ਆਉਣਾ ਸੀ ਚੱਲੀਏ ਫਿਰ ਖੇਤ ਗੇੜਾ ਮਾਰਿਆ ਆਉਣੇ ਆ ਗੇੜਾ ਤਾਂ ਮਾਰਿਆ ਉਹਨੇ ਹੋਰ ਚੱਲ ਫਿਰ ਇਹ ਤਾਂ ਤੂੰ ਰਾਖੀ ਰੱਖਣ ਵਾਲੀ ਗੱਲ ਆ ਇਹ ਤਾਂ ਤੂੰ ਕਰ ਗੌਰ ਇਹ ਤਾਂ ਕਰਦੇ ਰਾਖੀ ਅੱਜ ਤਾਂ ਯਾਰ ਸਾਰਾ ਕੁਛ ਦੱਸ ਕੇ ਆਵਾਂ ਵੀ ਕੀ ਹੋਊਗਾ ਹੋਰ ਕਿਵੇਂ ਆ ਵਧੀਆ ਵਧੀਆ ਮੈਂ ਤਾਂ ਤੇਰੇ ਕੋਲ ਹੀ ਆਉਂਦਾ ਸੀਗਾ ਮੈਂ ਵੀ ਤੇਰੇ ਕੋਲ ਹੀ ਜਾਂਦਾ ਸੀ ਫਿਰ ਮੈਂ ਜਿਹੜਾ ਤੂੰ ਨੀ ਕਿਹਾ ਸੀਗਾ ਵੀ ਮਾੜੀ ਮੋਟੀ ਗੌਰ ਕਰ ਮੈਂ ਗੌਰ ਕਰੀ ਉਹਦੇ ਜਿਹੜੇ ਸ਼ਾਮ ਦੇ ਵੱਜੇ ਸੀਗੇ 9:30 ਮੈਂ ਆਉਂਦਾ ਸੀਗਾ ਤੇਰੇ ਕੋਲੇ ਅੱਛਾ ਤੂੰ ਤਾਂ ਪਿਆ ਸੀ ਵਿਹੜੇ ਚ ਟੁੰਨ ਹੋਇਆ ਮੈਂ ਕਿਹਾ ਚੱਲ ਭਾਬੀ ਨੂੰ ਵਗ ਜਾਂਦੇ ਆ ਭਾਬੀ ਨੂੰ ਪੁੱਛਦੇ ਆ ਵੀ ਕਿਵੇਂ ਪਿਆ ਬਾਈ ਅੱਜ ਦਿਨ ਹੀ ਟੁੰਨ ਹੋ ਗਿਆ ਮੈਂ ਕੀ ਦੇਖਾਂ ਮੈਂ ਤਾਂ ਅੰਦਰ ਜਾਣ ਜੋਗੀ ਨਹੀਂ ਰਿਹਾ
ਅੱਛਾ ਮੈਂ ਤਾਂ ਅੱਖਾਂ ਲੁਕੋ ਕੇ ਬਾਹਰ ਹੀ ਆ ਗਿਆ ਅੰਦਰੋਂ ਉਹ ਮਿਸਤਰੀ ਜਾਨੀ ਹਾਂ ਉਹ ਆਉਂਦਾ ਸੀ ਬਾਹਰੋਂ ਨਿਕਲ ਪੂਰੀ ਗੌਰ ਕਰਨੀ ਸੀ ਹੁਣ ਇਹਦੇ ਉੱਤੇ ਗੌਰ ਕੀ ਕਰਾਂ ਯਾਰ ਰਾਤ ਨੂੰ ਕਿਹੜੀਆਂ ਮੋਟਰ ਸਮਾਰਦਾ ਉਹ ਤੇਰੇ ਘਰੇ ਫੇਰ ਤਾਂ ਗੱਲ ਤੇਰੇ ਵਾਲੀ ਹੋ ਗਈ ਫਿਰ ਮੈਂ ਤਾਂ ਅੱਖਾਂ ਬੰਦ ਕਰਕੇ ਆ ਗਿਆ ਮੈਂ ਇੱਥੋਂ ਖੜਿਆ ਨੀ ਗਿਆ ਉੱਥੇ ਤੂੰ ਡਾਂਗ ਜਾ ਕੇ ਮਾਰ ਮੈਂ ਹੁਣ ਡਾਂਗ ਕੇ ਮੈਂ ਕੱਲ ਨੂੰ ਤੂੰ ਮੇਰੇ ਗੱਲ ਤੇ ਹੁੰਦਾ ਕਹੀ ਜਾਂਦੇ ਸੀ ਕਹਿੰਦਾ ਅੱਜ ਤਾਂ ਨਜ਼ਾਰਾ ਆ ਗਿਆ ਤੇ ਇਹਨੂੰ ਤਾਂ ਮੈਂ ਦਾਰੂ ਪਿਆਦਾ ਕਰੂੰਗਾ ਤੇ ਆ ਜਾ ਕਰੂ ਮੈਂ ਪੰਜਵੇਂ ਛੇਵੇਂ ਦਿਨ ਆਹ ਗੱਲ ਸੁਣੀ ਆ ਮੈਂ ਤਾਂ ਕੋਈ ਗੱਲ ਨੀ ਹੁਣ ਮੈਂ ਪੀ ਕੇ ਜਾਣ ਕੇ ਅੱਖਾਂ ਜੀ ਮੀਚ ਕੇ ਪੈ ਜੂਗਾ ਹਾਂ ਤੇ ਉਹਦੀ ਫੜ ਲੂਗਾ ਫਿਰ ਮੈਂ 2 ਮਿੰਟਾਂ ਚ ਬਸ ਤੂੰ ਮੈਨੂੰ ਫੋਨ ਕਰ ਦੀ ਉਹਦੇ ਆ ਜੂ ਮੈਂ ਤੈਨੂੰ ਫੋਨ ਕਰਾਂਗੇ ਲੋਟ ਫਿਰ ਇੱਥੇ ਦੇਖੀ ਬਣਾਉਂਦੇ ਬੰਦਾ ਬਣਾਉਂਦੇ ਬੰਦਾ ਬਣਾਵਾਂਗੇ ਸਮਾਰ ਕੇ ਮੁੜ ਕੇ ਨੀ ਮੇਰੇ ਝਾੜ ਸਕਦਾ ਐਂ ਕਰਨਾ ਮੈਨੂੰ ਜਾਣ ਕੇ ਉਹੀ ਤੂੰ ਦਾਰੂ ਦੂਰ ਦਾ ਨਾਟਕ ਕਰੀ ਯਾਰ ਉਹਦੇ ਤਾਂ ਤੈਨੂੰ ਪਰ ਹੁਣ ਯਾਰ ਗੁੱਸਾ ਤਾਂ ਕਰੀ ਨਾ ਹੁਣ ਤੂੰ ਪੀ ਕੇ ਪਿਆ ਰਹਿਣਾ ਤੈਨੂੰ ਹੋਸ਼ ਨਹੀਂ ਰਹਿੰਦਾ ਕੀ ਪਤਾ ਕਿਉਂ ਕੋਈ ਮਰਜ਼ੀ ਆਈ ਜਾਈ ਹੁਣ ਮੈਂ ਤੈਨੂੰ ਐਂ ਕਹਿਣਾ ਜਾ ਕੇ ਤੂੰ ਕੁਛ ਨਾ ਪੁੱਛੇ ਤੇਰਾ ਪਾਰਾ ਵਧਿਆ ਹੋਊਗਾ ਵੀ ਮੈਂ ਪੁੱਛਾਂ ਐਂ ਤਾਂ ਮੁੱਕੜ ਜੂ ਨਾ ਨਾ ਹਜੇ ਨਿਛੇੜਦੇ ਆਪਾਂ ਰੰਗੇ ਹੱਥੀ ਫੜਾਂਗੇ ਰੰਗੇ ਹੱਥੀ ਫਿਰ ਮੌਕੇ ਤੇ ਮੈਨੂੰ ਫੋਨ ਕਰ ਦੇ ਫੋਨ ਤਾਂ ਮੈਂ ਉਹਦੀ ਕਰ ਦੂੰ ਉਹਦੀ ਮਿਸਤਰੀ ਦੇ ਆਪਾਂ ਮੋਟਰ ਲੋਡ ਕਰਾਂਗੇ ਸਮਾਰ ਕੇ ਮਾਣ ਜੇ ਲਾ ਕੇ ਪੇ ਜਾ ਕੇ ਨਾ ਉਹਨੂੰ ਉਹਦੇ ਨਾਲ ਬਹਿ ਕੇ ਫਿਰ ਦੇਖਾਂਗੇ ਕੁੱਟਾਂਗੇ ਉਹਨੂੰ ਧਰ ਕੇ ਫਿਰ ਦੇਖੇ ਤੇ ਬੰਨਾਂਗੇ ਰੱਸੇ ਨਾਲ ਚੱਲ ਮੈਂ ਜਾ ਆਵਾਂ ਭਾਬੀ ਕੋਲੇ ਜਾ ਕਿੱਧਰ ਗਈ ਭਾਬੀ 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 ਹਾਂ ਤਿਆਰ ਹੋਈ ਜਾਂਦੀ ਆ ਕਿਆ ਭਾਬੀ ਏ ਠੀਕ ਆ ਆ ਜਾ ਆ ਜਾ ਕਿਵੇਂ ਆਇਆ ਸੀ ਹਾਂ ਲੈ ਕਹਿੰਦੀ ਕਿਵੇਂ ਆਇਆ ਸੀ ਕੋਈ ਕੰਮ ਸੀਗਾ ਫਿਰ ਆਈ ਪੁੱਛ ਲਿਆ ਮੇਰਾ ਘਰ ਆ ਕੇ ਆ ਨਹੀਂ ਸਕਦਾ ਘਰ ਤਾਂ ਚੱਲ ਤੇਰੇ ਹੀ ਰਹੂਗਾ ਕੋਈ ਗੱਲ ਨਹੀਂ ਵੰਡਿਆ ਕੁਛ ਆਪਣਾ ਅੱਗੇ ਤਾਂ ਕਦੇ ਐ ਪੁੱਛਿਆ ਨਹੀਂ ਵੀ ਕਿਵੇਂ ਆਇਆਗਾ ਕਿਉਂ ਪੁੱਛਦੀ ਤਾਂ ਹੁੰਦੀ ਆ ਅੱਜ ਕਿਵੇਂ ਪੁੱਛ ਲਿਆ ਵੀ ਕਿਵੇਂ ਆਏਗਾ ਨਹੀਂ ਵੈਸੇ ਅਚਾਨਕ ਜੇ ਆ ਗਿਆ ਨਾ ਮੈਂ ਤਾਂ ਪੁੱਛਦੀ ਸੀਗੀ ਮੈਂ ਕਿਵੇਂ ਆ ਗਿਆ ਮੈਂ ਤਾਂ ਐ ਉਹ ਆਇਆਗਾ ਵੀ ਪੈਸੇ ਵੀ ਪਵਾ ਲਏ ਪਵਾ ਤੇ ਸੀ ਮੈਂ ਤੇ ਫੋਨ ਫੇਰ ਵੀ ਨਹੀਂ ਆਇਆ ਤੇਰਾ ਅੱਛਾ ਫੋਨ ਬਸ ਤੈਨੂੰ ਪਤਾ ਹੀ ਆ ਟਾਈਮ ਹੀ ਨਹੀਂ ਲੱਗਿਆ ਹੈਗਾ ਲਾਉਂਗੀ ਮੈਂ ਅੱਜ ਸਲਾਹ ਵੀ ਕਰਦੀ ਸੀਗੀ ਮੈਂ ਚੱਲ ਹੁਣ ਤਿਆਰ ਜੇ ਹੋ ਕੇ ਮੈਂ ਫ੍ਰੀ ਹੋ ਕੇ ਹੁਣ ਮੈਂ ਖਾ ਲਾ ਉਹਦੇ ਵੀ ਜਿੱਦੇ ਆਇਆ ਸੀ ਇੱਥੇ ਉਹਦੇ ਵੀ ਤੂੰ ਕਹਿੰਦੀ ਸੀ ਵੀ ਤੈਨੂੰ ਯਾਦ ਕਰੀ ਜਾਂਦੀ ਸੀ ਤੇ ਹੁਣ ਵੀ ਕਹਿੰਦੀ ਆ ਬਸ ਲਾਉਂਦੀ ਸੀ ਤੂੰ ਹੀ ਆ ਮੇਰੇ ਦਿਲ ਚ ਹੋਰ ਕੌਣ ਹੁੰਨਾ ਕਿਹਨੂੰ ਤੇ ਉਹ ਹੱਚ ਕੀ ਕਹਿੰਦਾ ਸੀ ਮੈਂ ਮਿਸਤਰੀ ਜੇ ਹੱਚ ਬਾਲੇ ਨਹੀਂ ਗੇੜੇ ਮਾਰਨ ਲੱਗ ਗਿਆ ਮਿਸਤਰੀ ਕਿਹੜਾ ਮਿਸਤਰੀ ਦੇਖ ਲਾ ਮੋਟਰਾਂ ਆਈਆਂ ਸਮਾਰਦਾ ਅੱਛਾ ਮੋਟਰਾਂ ਵਾਲਾ ਕਿਉਂ ਗੇੜਾ ਕਿਉਂ ਮਾਰਦਾ ਹੈਗਾ ਜਦੋਂ ਕੰਮ ਧੰਦਾ ਹੁੰਦਾ ਫੇਰ ਹੀ ਹੁੰਦਾ ਮੋਟਰਾਂ ਆਈਆਂ ਤੇਰੀਆਂ ਬਾਲੀਆਂ ਨਹੀਂ ਖਰਾਬ ਹੋਣ ਲੱਗ ਗਈਆਂ ਜੇ ਮੋਟਰ ਖਰਾਬ ਹੁੰਦੀ ਹੈ ਫੇਰ ਹੀ ਮਿਸਤਰੀ ਨੂੰ ਬੁਲਾਉਣੀ ਆ ਗਈ ਹੋਰ ਦੱਸ ਇੱਥੇ ਮਿਸਤਰੀ ਤੇ ਮੈਂ ਕਿ ਮੂੰਗੀ ਕਢਵਾਉਣੀ ਆ ਇੱਕ ਦਿਨ ਤਾਂ ਖਰਾਬ ਹੋਊਗੀ ਹੋਊਗੀ ਮੋਟਰ ਕਿਹੜਾ ਕੱਦੀ ਆ ਗਈ ਤਿੰਨ ਮੋਟਰਾਂ ਨਹੀਂ ਗਈਆਂ ਤੈਨੂੰ ਪਤਾ ਨੱਤਲਮੀ ਖਰਾਬ ਹੋਣ ਲੱਗ ਗਈ ਕਿ ਆਪ ਹੀ ਟਾਂਕਾ ਪੜਦੀਆਂ ਤੂੰ ਮੈਨੂੰ ਕੀ ਲੋੜ ਪੈਂਦੀ ਹੈ ਟਾਂਕੇ ਪੱਟਣ ਦੀ ਨਾਲੇ ਮੈਂ ਘਰੋਂ ਪੈਸੇ ਦਵਾਂ ਨਾਲੇ ਆਪਦਾ ਟਾਈਮ ਖਰਾਬ ਕਰਾਂ ਐਵੇਂ ਨਾਲੇ ਤੇਰੇ ਵਰਗੇ ਨੂੰ ਕਹਾਂ ਵੀ ਭਾਈ ਨੂੰ ਬੁਲਾ ਦੇ ਮੋਟਰ ਵਾਲੇ ਨੂੰ ਆਸਾਨ ਕਰਵਾਵਾਂ ਤੇਰਾ ਮੇਰੇ ਰਵੇ ਉੱਤ ਗਏ ਨਾ ਨਾ
ਤੈਨੂੰ ਕਿਹਾ ਸੀਗਾ ਪਹਿਲਾਂ ਵੀ ਮੋਟਰ ਵਾਲੇ ਨੂੰ ਬੁਲਾ ਦੇ, ਚਲੋ ਆਪਦਾ ਕਾਰਡ ਦੇ ਗਿਆ ਸੀਗਾ, ਹੁਣ ਆਏ ਚਲ ਮੈਂ ਫੋਨ ਕਰ ਦਿੰਦੀ ਹਾਂ ਵੇਲੇ ਕੁ ਵੇਲੇ, ਤੈਨੂੰ ਪਾਲੇ ਦਾ ਤਾਂ ਪਤਾ ਹੀ ਹੈਗਾ। ਕੀ ਪਤਾ ਉਹ ਪੈਸੇ ਲੈ ਜਾਂਦਾ ਵੀ ਆ ਕਿ ਨਾ। ਨਾ ਨਾ, ਮੈਂ ਤਾਂ ਕਾਪੀ ਤੇ ਲਿਖ ਕੇ ਰੱਖਦੀ ਹਾਂ ਕਿ ਆਏ ਤਾਂ ਤੈਨੂੰ ਪਤਾ ਹੈਗਾ ਮੈਂ ਬਾਈ ਹੱਥ ਚੁੰਡੀ ਨਹੀਂ ਬੜਾਉਂਦੀ ਕਿਸੇ ਤੋਂ। ਦੇਖ ਲੈ ਕੋਈ ਹੋਰ ਗੱਲਬਾਤ ਤਾਂ ਨਹੀਂ। ਹਾਂ ਕਿਹੜੇ ਮੂੰਹ ਨਾਲ ਮੈਨੂੰ ਹਾਂ ਕਹਿਣਾ ਵਾ। ਹਾਂ ਮੂੰਹ ਨਾਲ ਹੀ ਕਹਿਣਾ ਗਾ, ਦੂਜਾ ਤਾਂ ਮੈਨੂੰ ਲੱਗਿਆ ਨਹੀਂ। ਇੱਧਰ ਨੂੰ ਕਿਵੇਂ ਲੁਕੋ ਕੇ ਜੇ ਮੂੰਹ ਦੇ ਗੱਲ ਕਰਨਾ ਗਾ। ਲੈ ਕੋਲੇ ਹੋ ਕੇ ਕਹਿ ਦਿੰਦਾ। ਤੂੰ ਮੇਰਾ ਹਜੇ ਕੀ ਦੇਖ ਲਿਆ ਮਾੜਾ ਚੰਗਾ ਉਹਦੇ ਨਾਲ ਜਿਹੜਾ ਤੂੰ ਮੈਨੂੰ ਐਂ ਕਹਿਣਾ ਕੋਈ ਹੋਰ ਗੱਲਬਾਤ ਤਾਂ ਨਹੀਂ। ਲੈ ਜੇ ਦੇਖਿਆ ਫੇਰ ਹੀ ਕਹਿਣਾ ਗਾ, ਮੈਂ ਤਾਂ ਗੇੜੇ ਮਾਰਦਾ ਦੇਖਿਆ ਗਾ ਦਿਨ ਚ ਤਿੰਨ ਤਿੰਨ ਵਾਰੀ ਵੀ। ਓਹ ਤਿੰਨ ਤਿੰਨ ਵਾਰੀ ਤਾਂ ਕਿਉਂ, ਇੱਕ ਦਿਨ ਤਾਂ ਮੋਟਰ ਸਮਾਰ ਕੇ ਬਾਗਾ ਉਹਦੇ ਪਾਣੀ ਘੱਟ ਸੀਗਾ ਚੱਕੇ ਅੰਡੇ ਦੇ ਨਾਲ। ਅੱਛਾ, ਤੇ ਉਹ ਕਹਿੰਦਾ ਚੱਲ ਮੈਂ ਲੰਘਦਾ ਟੱਪਦਾ ਵੀ ਸੈੱਲ ਹੋਰ ਪਾ ਜੂੰਗਾ। ਕਹਿੰਦਾ ਨਵਾਂ ਮੈਂ ਕਿਹਾ ਚੰਗਾ ਪਾ ਜੀ, ਉਹ ਫੇਰ ਆ ਗਿਆ ਸੈੱਲ ਪਾਉਣ। ਫਿਰ ਕਹਾਂ ਮੈਂ ਆਖਿਆ ਪੈਸੇ ਕਿੰਨੇ ਬਣ ਗਏ, ਕਹਿੰਦਾ 500। ਕਹਾਂ ਮੇਰੇ ਕੋਲ ਪੈਸੇ ਨਾ ਉਨੇ ਪੂਰੇ ਤੇ ਪਾਲਾ ਵੀ ਨਾ ਘਰੇ ਹੈ, ਤੇ ਤਾਂ ਕਰਕੇ ਮੈਂ ਕਿਹਾ ਚੱਲ ਫੇਰ ਲੈ ਜੀ ਬਈ। ਮੈਂ ਕਹਾਂ ਚੰਗਾ। ਫੇਰ ਆਇਆ ਉਹਦੇ ਪਿਆ ਤੇ ਹੈਗਾ ਸੀਗਾ 200 ਹੀ ਸੀ, ਊ ਚੰਗਾ ਬੁਲਾਈਆਂ ਗਾ। ਤੇ ਮੈਂ ਆਖਾਂ ਮੈਂ ਕਿਹਾ ਭਰਾ ਵਾ 200 ਰੁਪਈਏ ਮੇਰੇ ਕੋਲ, ਤੂੰ ਆ ਲੈ ਜਾ ਤੇ ਮੈਂ ਕਿਹਾ ਬਾਕੀ ਤੈਨੂੰ ਮੈਂ ਫੇਰ ਦੇ ਦੇ। ਤੇ ਕਹਿੰਦਾ ਚੱਲ ਤੇਰੇ ਕੋਲੇ ਹੋਰ ਹੈ ਹੀ ਨੀ। ਮੈਂ ਕਿਹਾ ਮੇਰੇ ਕੋਲ ਤਾਂ ਆਹੀ 200 ਸੀ, ਬਾਕੀ ਤਾਂ ਮੈਂ ਕਿਹਾ ਮੇਰੇ ਘਰ ਵਾਲੇ ਕੋਲੇ ਹੁੰਦੇ ਆ। ਤੇ ਉਹਦਾ ਮੈਨੂੰ ਮੋੜ ਕੇ ਫੜਾ ਗਿਆ, ਮੈਨੂੰ ਕਹਿੰਦਾ ਚੱਲ ਕੋਈ ਗੱਲ ਨੀ, ਜਿੱਥੇ ਕਹਿੰਦਾ ਮੈਂ 300 ਲੈ ਕੇ ਜਾਊਂਗਾ ਉੱਥੇ 200 ਲੈ ਜਾਊਂਗਾ, 500 ਫੇਰ ਹੀ ਲੈ ਜੂ। ਕਹਿੰਦਾ ਤੂੰ ਆਪਦੇ ਖਰਚੇ ਪਾਣੀ ਨੂੰ ਰੱਖ ਕੇ ਔਖੀ ਹੋਏਗੀ। ਮੈਂ ਚੱਲ ਤੇਰੀ ਕੋਈ ਤੂੰ ਠੀਕ ਕਰਕੇ ਲੈਣੀ ਆ। ਨਾ ਨਾ ਕਿਉਂ, ਮੈਂ ਹੁਣ ਪਲੰਬਰ ਦਾ ਕੰਮ ਤੂੰ ਹੀ ਲੱਗ ਜਾਏ ਕਰਨ ਸਿੱਖ ਗਿਆ ਹੋਏ। ਗੱਲਾਂ ਤੂੰ ਬਹੁਤ ਪਿਆਰੀਆਂ ਕਰਦੀਆਂ ਭਾਬੀ। ਨੀ ਪਿਆਰੀ ਵੀ ਪਿਆਰੀ ਆ ਪਿਆਰੀ। ਚੱਲ ਪਾਣੀ ਦਾ ਲਿਆ ਦੇ। ਪਾਣੀ ਕਿਉਂ, ਚਾਹ ਵੀ ਬਣਾਉਣੀ ਆ। ਨਾ ਪਾਣੀ ਅੱਜ ਤਾਂ ਪਾਣੀ ਪੀ ਕੇ ਜਾਊਂਗਾ, ਕੱਲਾ ਪਾਣੀ ਹੈ ਇੰਨਾ ਟਾਈਮ ਨੀ ਹੈਗਾ। ਲੈ ਕਹਿੰਦੀ ਇਹੋ ਜਿਹਾ ਤੂੰ ਕੀ ਦੇਖ ਲਿਆ, ਇਹੋ ਜਿਹਾ ਤੂੰ ਕੀ ਦੇਖ ਲਿਆ ਵੀ ਜਿਹੜਾ ਐਂ ਕਹਿਣਾ ਗਾ। ਮੈਂ ਹੁਣ ਤੈਨੂੰ ਕੀ ਦੱਸਾਂ ਭਾਬੀ, ਇਹ ਤੁਹਾਨੂੰ ਦੋਨਾਂ ਨੂੰ ਦੇਖਿਆ, ਉਹ ਵੀ ਮਿਸਤਰੀ ਨੂੰ ਨਾਲ ਦੇਖਿਆ ਤੈਨੂੰ ਰਾਤ ਨੂੰ ਵੀ ਭਲਾ ਪੁੱਛਣ ਵਾਲਾ ਹੋਵੇ ਰਾਤ ਨੂੰ ਕਿਹੜੀਆਂ ਤੇਰੀਆਂ ਮੋਟਰਾਂ ਖਰਾਬ ਹੁੰਦੀਆਂ ਨੇ ਗੀਆਂ। ਕੋਈ ਨਾ, ਸਮਾਰ ਕੇ ਜਾਊਂ, ਮੌਕੇ 'ਤੇ ਆ ਕੇ ਪੜੂੰਗਾ ਰੰਗੇ ਹੱਥੀ, ਫਿਰ ਦੱਸੂ ਮੋਹ ਘਟਿਆ ਕਿ ਨਾ ਘਟਿਆ।